tare tere dikhaunga sab nu tare 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 ਜਦੋਂ ਤੈਨੂੰ ਕੋਈ ਵੀ ਸਵਾਲ ਕਰਨਗੇ ਨਾ ਉਹ ਤੇ ਤੂੰ ਉਹਨਾਂ ਨੂੰ ਵਧਾ ਕੇ ਜਵਾਬ ਦੇਈਂ, ਤਿੰਨ ਗੁਣਾ ਵਧਾ ਕੇ ਜਵਾਬ ਦੇਈਂ ਉਹਨਾਂ ਨੂੰ। ਜਦੋਂ ਮੈਨੂੰ ਕੋਈ ਵੀ ਸਵਾਲ ਪੁੱਛਣ ਤਾਂ ਮੈਂ ਤਿੰਨ ਗੁਣਾ ਵਧਾ ਕੇ ਜਵਾਬ ਦੇਣਾ। ਵਧਾ ਕੇ ਜਵਾਬ ਦੇਣਾ, ਉਹ ਅਗਲੇ ਕਹਿਣਗੇ ਮੁੰਡਾ ਹਾਜ਼ਰ ਜਵਾਬ ਆ, ਰਿਸ਼ਤਾ ਕਰ ਦੇਣਗੇ। ਚੱਲ ਆ ਗਏ ਆ ਗਏ ਆ ਗਏ ਆ ਗਏ। ਪਹਿਲਾਂ ਮੈਂ ਪੀਤੀ, ਪਹਿਲਾਂ ਮੈਂ ਪੀਤੀ, ਪਹਿਲਾਂ ਮੈਂ ਪੀਤੀ। ਪੰਗ ਓਏ ਰੱਖ ਯਾਰ, ਹਟ ਜਾ, ਮੇਰਾ ਕਿਹੜਾ ਜੀ ਨਹੀਂ ਕਰਦਾ, ਸ਼ਬਦ ਕਰਿਆ ਕਰ। ਖਾ ਲੈਣ ਤੇ ਤੇਰੇ ਕਿਹੜਾ ਪੈਸੇ ਲੱਗੇ ਆ, ਮੇਰੇ ਸਹੁਰਿਆਂ ਦੇ ਪੈਸੇ ਲੱਗੇ ਆ। ਕਾਕਾ ਮੈਨੂੰ ਇਹ ਦੱਸੋ ਤੁਸੀਂ ਕੰਮ ਕੀ ਕਰਦੇ ਹੋ? ਮੈਂ ਜੀ ਵਾਰੀ ਵਾਰ ਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਠੇਲਾ, ਵੱਡਾ ਭਰਾ ਕੰਮ ਕਰਦਾ। ਮੈਂ ਬੋਲੀ ਆਪਾਂ ਉਹਨੂੰ ਵਿਹਲਾ, ਚੁੱਪ ਕਰਕੇ ਬਹਿ ਜਾ, ਇੱਕ ਮਿੰਟ ਮੈਂ ਕਰਦਾ। ਕਾਕਾ ਜੀ ਕੁਛ ਉਚਰੋ, ਉਚਰੋ ਮੁਚਰੋ ਟੁਚਰੋ। ਹੈਂ ਬਈ ਇਹ ਕੀ? ਚਲੋ ਛੱਡੋ ਕਾਕਾ ਜੀ, ਇਹ ਦੱਸੋ ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ ਜੀ ਤਿੰਨ ਭੈਣ ਭਰਾ ਜੀ, ਤਿੰਨ ਭੈਣ ਭਰਾ ਜੀ, ਤਿੰਨ ਭੈਣ ਭਰਾ ਜੀ, ਤਿੰਨ। ਕਾਕਾ ਆਪਣਾ ਕਾਰੋਬਾਰ ਕੀ ਹੈ? ਕਾਰੋਬਾਰ ਸਾਡੇ ਜੀ ਤਿੰਨ ਤਿੰਨ। ਅੱਛਾ, ਇੱਕ ਦਿੱਲੀ ਜੀ, ਇੱਕ ਬੰਬੇ ਜੀ, ਇੱਕ ਕਲਕੱਤੇ। ਫਿਰ ਤਾਂ ਤੇਰੇ ਪਿਓ ਨੂੰ ਬੜੀ ਟੈਨਸ਼ਨ ਹੋਣੀ ਆ, ਤੇਰਾ ਪਿਓ ਰਹਿੰਦਾ ਕਿੱਥੇ ਆ? ਇੱਕ ਦਿੱਲੀ ਜੀ, ਇੱਕ ਬੰਬੇ ਤੇ ਇੱਕ ਕਲਕੱਤੇ। ਓਏ ਆ ਜਾ ਭਰਾਵਾ, ਰੱਖ ਦੇ ਰੱਖ ਦੇ, ਡਿੱਗ ਨਾ ਪਈ। ਓਏ ਪਾਣੀ ਨੀਟ ਹੀ ਪੀਓਗੇ? ਨੀਟ ਹੀ ਪੀਵਾਂਗੇ, ਨਹੀਂ ਵਿੱਚ ਥੋੜਾ ਜਿਹਾ ਪਾਣੀ ਪਾਲਾਂਗੇ। ਲਿਆ ਗੱਲ ਸੁਣ, ਹੈਂ ਤੋਤੀ ਬਾਈ ਕਿੱਥੇ ਆ? ਉਹ ਤਿਆਰ ਹੁੰਦਾ, ਉਹਨੇ ਸ਼ਿਕਾਰ ਤੇ ਜਾਣਾ। ਹਾਂ ਛੇਤੀ ਭੇਜ ਕਰਨ ਦੀ ਉਹਨੂੰ, ਛੇਤੀ ਭੇਜ, ਹਜੇ ਤਿਆਰ ਹੀ ਨਹੀਂ ਹੋਇਆ। ਲੈ ਵੀ ਅੱਜ ਬਲੈਲਰ ਖਾਵਾਂਗੇ, ਬਲੈਲਰ ਤੜਕਾ ਮੈਂ ਲਾਉਂਗਾ। ਹਾਂ ਤੂੰ ਵੀ ਲਾ ਲਈ, ਤੂੰ ਵਧੀਆ ਲਾਉਣਾ, ਵਧੀਆ ਬਣਾ ਕੇ। ਓਏ ਬਲੈਲਰ ਖਾਣੀ ਹੋ ਜੱਤੋ ਚਿੜੀਓ, ਅੱਗੇ ਨਾ ਵਧਿਓ, ਤੁਹਾਨੂੰ ਨਹੀਂ ਪਤਾ ਅੱਜ ਆਪਾਂ ਬੱਬੜ ਸ਼ੇਰ ਦਾ ਸ਼ਿਕਾਰ ਕਰਨਾ। ਸ਼ੇਰ? ਓ ਓ ਸ਼ੇਰ ਤਾਂ ਜ਼ਿਆਦਾ ਆ, ਦੂਰ ਸੇ ਦੇਖਾ ਤੋ ਸ਼ੇਰ ਨਜ਼ਰ ਆਇਆ। ਵਾਹ 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 ਵਾਹ, ਦੂਰ ਸੇ ਦੇਖਾ ਤੋ ਸ਼ੇਰ ਨਜ਼ਰ ਆਇਆ। ਓਏ ਅੱਗੇ ਨਹੀਂ ਵਧ, ਤੇਰੇ ਚ ਮਤਾ ਤਾਂ ਤੂੰ ਵਧ। ਓਏ ਤੈਨੂੰ ਕਿਹਨੇ ਵਾਈਬ੍ਰੇਸ਼ਨ ਤੇ ਲਾਤਾ? ਓਏ ਇਹਨੇ ਅੱਗੇ ਕੀ ਵਧਣਾ, ਅੱਗੇ ਜਿਗੜੇ ਵਾਲੇ ਵਧਦੇ, ਜਿਗੜੇ ਵਾਲੇ। ਅੱਜ ਆਪਾਂ ਸ਼ੇਰ ਦਾ ਸ਼ਿਕਾਰ ਕਰਨਾ। ਯਾਰ ਅਗਰ ਸ਼ੇਰ ਹੀ ਜਾਣਾ, ਮੈਂ ਜਾਣਾ ਸ਼ੇਰ ਦਾ ਸ਼ਿਕਾਰ ਕਰਕੇ ਲਿਆਉਣਾ, ਤੁਸੀਂ ਗੰਡਾ ਗੁੰਡਾ ਚਿੜਕੜਾ ਖਾਓ। ਠੀਕ ਆ ਬਈ, ਠੀਕ ਆ, ਚੰਗੀ ਤਰ੍ਹਾਂ ਚੈੱਕ ਕਰ ਲਈ, ਮਾਰ ਕੇ ਨਹੀਂ, ਆਹੋ ਜਿਉਂਦਾ ਨਾ ਹੋਵੇ। ਲੈ ਬਈ ਤੜਕਾ ਤੁੜਕਾ ਕੱਟ ਲਿਆ, ਹੁਣ ਸ਼ੇਰ ਲੈ ਕੇ ਆ ਜੇ ਬਸ। ਮੈਂ ਤਾਂ ਪੰਜੇ ਪੰਜੇ ਖਾਊ, ਮੈਂ ਉਹਦੀ ਖੱਲ ਦਾ ਤੌਲੀਆ ਬਣਾ ਲੂ, ਤੌਲੀਆ ਆਪਾਂ ਵੇਚ ਹੀ ਦੇਵਾਂਗੇ, ਵੇਚ ਦੇਵਾਂਗੇ। ਕੀ ਹੋ ਗਿਆ, ਬਿਨਾਂ ਸ਼ੇਰ ਤੋਂ ਨਹੀਂ ਆ ਗਏ? ਯਾਰ ਮੈਂ ਸ਼ੇਰ ਦਾ ਸ਼ਿਕਾਰ ਤਾਂ ਕਰ ਲਿਆਉਂਦਾ, ਪਰ ਕੀ ਕਰਦਾ, ਉੜੂਪੇ ਬਾਈ ਕੇ ਕੁੱਤੇ ਨੇ ਮੈਨੂੰ ਪਾਲ ਕੇ ਰੱਖਤਾ। ਪੂਰੇ ਪੰਜ ਰੁਪਏ ਦੇ ਪਕੌੜੇ ਦੇ ਦਿਓ, ਬੜੇ ਮਿੱਠੇ ਜੇ, ਖਾ ਲੋ ਖਾ ਲੋ, ਬੜੇ ਮਿੱਠੇ। ਵੀਰ ਜੀ ਮੇਰੀ ਗੱਲ ਸੁਣੋ। ਹਾਂਜੀ, ਆਪਾਂ ਹੁਣ ਉੱਥੇ ਪੈਸੇ ਲੈਣ ਜਾਣਾ, ਕਿੱਦਾਂ ਜਾਵਾਂਗੇ? ਮੈਂ ਦੱਸਦਾ ਵੀਰ ਜੀ, ਏਦਾਂ ਕਰਦੇ ਆ, ਆਪਾਂ ਇੱਥੋਂ ਗੱਡੀ ਕਿਰਾਏ ਤੇ ਕਰਾ ਲੈਨੇ ਆ। ਹਾਂ ਅਸਾਂ ਨੂੰ 1 ਕਰੋੜ ਦਾ ਨਾਮ ਤਾਂ ਨਿਕਲੇ ਹੀ ਆ, ਪੈਸੇ ਆ ਜਾਣੇ ਨੇ, ਪੈਸੇ ਆ ਜਾਣੇ ਨੇ, ਅਸਾਂ ਉਹ ਗੱਡੀ ਉੱਥੇ ਖੜਾ ਦੇਾਂਗੇ, ਨਵੀਂ ਲੈ ਲਾਂਗੇ। ਹਪ ਚਕਨਕ ਚਕਨਕ ਚਕਨਕ, ਚਲੋ 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 ਚਲੋ, ਹਪ ਚਕਨਕ ਚਕਨਕ ਚਕਨਕ, ਆ ਹਪ ਚਕਨਕ ਚਕਨਕ ਚਕਨਕ, ਆ ਹਪ ਚਕਨਕ ਚਕਨਕ ਚਕਨਕ, ਹਪ ਚਕਨਕ ਚਕਨਕ ਚਕਨਕ, ਆ ਹਪ ਚਕਨਕ ਚਕਨਕ ਚਕਨਕ, ਆ ਬੱਲੇ 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 ਬੱਲੇ, ਆ ਹਪ ਚਕਨਕ ਚਕਨਕ ਚਕਨਕ, ਆ ਹਪ ਚਕਨਕ ਚਕਨਕ ਚਕਨਕ, ਹਰ ਰੁਕ ਜਾ ਰੁਕ ਜਾ ਰੁਕ ਜਾ।
ਪਿਛਲੇ ਮਹੀਨੇ 5 ਰੁਪਏ ਦੀ ਲਾਟਰੀ ਤੇ ਅੱਸਾ ਨੂੰ 5 ਰੁਪਏ ਦੀ ਲਾਟਰੀ ਦੇ ਵਿੱਚੋਂ ਇੱਕ ਨਾਮ ਨਿਕਲਿਆ ਜੀ। ਬਹੁਤ ਵਧੀਆ ਗੱਲ ਆ, ਮੁਬਾਰਕਾਂ। ਆ ਗੱਲ ਸੁਣ, ਸਰਦਾਰ ਬਹਾਦਰ ਸਰਦਾਰ ਕੇਸ ਟੱਕਣ ਸਿੰਘ ਜਾਓ, ਜਾ ਕੇ ਨਾ ਵੱਡਾ ਬੈਗ ਲੈ ਕੇ ਉਹ ਲਗਜ ਲਗਜ ਅਸਾਂ ਨੇ ਉੱਚ ਪਾਉਣਾ। 1 ਕਰੋੜ ਮਿਲ ਜਾਣਗੇ, ਪੈਸੇ ਵੀ ਮਿਲ ਜਾਣਗੇ, ਪਰ 1 ਕਰੋੜ ਨਿਕਲਿਆ ਜੀ, ਥੋੜੀ ਜੀ ਨਾ ਫਾਰਮੈਲਿਟੀ ਕਰਨੀ ਪੈਣੀ। ਵੀਰ ਜੀ, ਇਹਦੀ ਫਾਰਮੈਲਿਟੀ ਮੈਂ ਪੂਰੀ ਕਰਕੇ ਆਉਣਾ। ਨਹੀਂ ਛੋਟੇ ਵੀਰ, ਹਾਂ ਜੀ, ਨਹੀਂ ਕਰੀਦਾ ਗਾ ਜੀ। ਅੱਛਾ ਜੀ, ਥੋੜੀ ਜੀ ਤਾਂ ਕਰਨੀ ਪੈਣੀ, ਇੰਨੀ ਜੀ ਇੰਨੀ ਜੀ। ਆ ਦੱਸੋ ਕੀ ਗੱਲ ਹੈ, ਸੁਣ ਲੈਂਦੇ ਹਾਂ। ਹਾਂ ਸੁਣ ਲੈਂਦੇ ਹਾਂ। ਇੱਕ ਇਹ ਕੱਟ ਕੇ ਇੱਕ ਇੱਥੇ ਸਾਈਨ ਕਰ ਦਿਓ ਤਾਂ ਕਿ ਅਸੀਂ ਤੁਹਾਨੂੰ 70 ਲੱਖ। ਹਾਂ, ਇਹ ਕਿੱਦਾਂ ਹੋ ਸਕਦਾ ਵੀਰ ਜੀ, ਅਸਾਂ ਨੂੰ 5 ਰੁਪਏ ਦੀ ਲਾਟਰੀ ਚੋਂ 1 ਕਰੋੜ ਦਾ ਨਾਮ ਨਿਕਲਿਆ ਤੇ 70 ਲੱਖ ਕਿੱਦਾਂ ਜਾਣਗੇ? 1 ਕਰੋੜ ਦੇ ਵਿੱਚ TDS ਕੱਟ ਕੇ 70 ਲੱਖ ਮਿਲ। ਧੋਖਾ ਹੋ ਗਿਆ, ਧੋਖਾ ਹੋ ਗਿਆ, ਅਸੀਂ ਵੀ ਤੁਹਾਨੂੰ ਤੁਹਾਡੇ ਹੋ ਜਾਂਦੇ। ਦੇਖੋ ਜੀ, ਜਾਂ ਤਾਂ ਸਾਨੂੰ ਸਾਡੀ ਲਾਟਰੀ ਦਾ ਬੰਦਾ 1 ਕਰੋੜ ਰੁਪਏ ਦਿੱਤਾ ਜਾਵੇ, ਹਾਂਜੀ, ਨਹੀਂ ਤਾਂ ਸਾਨੂੰ 5 ਰੁਪਏ ਵਾਪਸ ਕਰੋ ਸਾਡੇ। ਹਾਂਜੀ, ਮੀਡੀਆ ਬੁਲਾਵਾਂਗੇ। ਹਾਂ, ਮੀਡੀਆ ਬੁਲਾ ਕੇ ਰੌਲਾ ਪਾਉਣਾ ਸੀ। ਨਹੀਂ ਦਿੰਦੇ 1 ਕਰੋੜ, ਪਾਖਾ ਚ ਮਿੱਟੀ ਇਹਨਾਂ ਦੇ। ਉਹ ਭਾਈ ਸਾਹਿਬ, ਮੇਰੀ ਗੱਲ ਸੁਣੋ, 5 ਰੁਪਏ ਮੰਗਦੇ ਨੇ, 5 ਰੁਪਏ ਵਾਪਸ। ਅੱਛਾ, ਗੱਲ ਸੁਣੋ ਛੋਟੇ ਵੀਰ ਜੀ, ਇਹਨਾਂ ਨੇ ਤਾਂ ਆਪਣੀ ਗੱਲ ਮੰਨ ਲਈ ਏ, ਜੇ 1 ਕਰੋੜ ਨਹੀਂ ਮਿਲਿਆ ਤਾਂ 5 ਤਾਂ ਵਾਪਸ ਮੰਗ ਲਓ। ਬੱਲੇ 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 ਬੱਲੇ। ਲਓ ਜੀ, ਮੇਰਾ ਨਾਂ ਹੈਗਾ ਵੈਦ ਬ੍ਰਿਜ ਲਾਲ, ਪਿਤਾ ਲਾਲੋ ਲਾਲ, ਗਲੀਸੇ ਪੋਪਲੇ ਵਿੱਚ ਤਰੀ ਵਾਲੇ ਕਿੱਲੇ। ਬੀਬਾ, ਸਭ ਤੋਂ ਪਹਿਲਾਂ ਤੂੰ ਜੀੜੇ ਜਾਣਾ, ਜੀੜੇ ਸਵਾ ਪਾਈਆ ਜੀੜਾ ਲੈ ਕੇ, ਸਵਾ ਪਾਈਆ ਜਵੈਣ, ਛੋਟੀਆਂ ਲੈਚੀਆਂ ਜਿਹੜੀਆਂ ਮੈਂ ਕਹਿਤੀਆਂ ਤਾਂ ਕਹਿਤੀਆਂ, ਹਰੀ ਮਹਿੰਦੀ ਜਿਹੜੀ ਜਮਾਂ ਨਹੀਂ ਲੈਂਦੀ, ਤੇ 2 ਟਾਈਮ ਸਵੇਰੇ ਸ਼ਾਮ ਤੂੰ ਅੱਖ ਮਟੱਕਾ ਕਰਨਾ। ਹਾਂਜੀ, ਅੱਖ ਮਟੱਕਾ ਦਾ ਮਤਲਬ ਦੱਖ ਮੜੱਕਾ ਲੈ ਕੇ ਤੜਕਾਉਣ ਵਾਲਾ ਕੀ ਨਾ? ਬਾਬਾ ਜੀ, ਪੂਰਨ। ਪੂਰਨਾ, ਅੱਖੀਆਂ ਵਿੱਚ ਰੱਬ ਵੱਸਦਾ ਕੋਈ ਦੂੜ ਨਾ। ਮੈਂ ਸਾਡੇ ਵੀ ਕਰਨਾ ਨਾ ਨਕਲ ਕਰੇ। ਕਹਿਓ ਕੜੀ ਆਲੋ ਫੱਕਾ, ਤੇ ਇਹਨੂੰ ਪਤਾ ਕੀ ਕਰਨਾ ਹੈ, ਜਦੋਂ ਹੋਇਆ ਪੂਰਨ ਥੱਕਾ ਉਦੋਂ ਲੈਣਾ ਇਹ ਫੱਕਾ। ਪੂਰਨ ਚੂਰਨ ਰੱਖ ਲੈਣਾ ਤਲੀ ਤਲੀ, ਤੜਾ ਕੇ ਐ ਨੀ ਖਾਣਾ, ਥੱਲੇ ਹੱਥ ਮਾਰਨਾ ਕਰ, ਤੇ ਜਦੋਂ ਅੱਖਾਂ ਦੇ ਵਿੱਚ ਪਾ ਗਿਆ ਫਿਰ ਮੈਂ ਅੱਖਾਂ ਦੀ ਦਵਾਈ ਬਣਾ ਦੂੰਗਾ ਮੇਰਾ ਪੁੱਤ। ਠੀਕ ਹੈ ਜੀ, ਚੰਗਾ, ਸਤਿ ਸ੍ਰੀ ਅਕਾਲ ਬਾਬਾ ਜੀ। ਚਲੋ ਜੀ, ਅਗਲੀ ਸਵਾਰੀ। ਸਵਾਰੀ ਨੀ ਜੀ, ਪੇਸ਼ੈਂਟ। ਅਗਲਾ ਪੇਸ਼ੈਂਟ। ਹਾਂਜੀ ਹਾਂਜੀ, ਹਾਂਜੀ, ਦੱਸੋ। ਮੇਰਾ ਮਸਲਾ ਹੀ ਇੱਕ ਮਸਲਾ, ਤੂੰ ਬਾਤ ਸੁਣੀ ਪਹਿਲਾਂ ਉਹਦਾ ਲਾ ਸੁਣ ਲਾ। ਕਾਹਦੇ ਲਈ ਮਸਲਾ ਤਾਂ ਸੁਣ ਲਓ ਪਹਿਲਾਂ ਮੇਰਾ। ਕਾਹਦੇ ਲਈ ਪੁੱਤ, ਤੂੰ ਜੰਗ ਹਰੜਾ ਪੀਆ ਕਰ, ਉਹ ਪਹਿਲਾਂ ਮਸਲਾ ਸੁਣੋ ਮੇਰਾ। ਯਾਰ ਮੈਂ ਤਾੜਾ ਮਸਲਾ ਬਾਅਦ ਚ ਸੁਣੂ, ਸਭ ਤੋਂ ਪਹਿਲਾਂ ਤੂੰ ਪੰਸਾਰੀ ਦੀ ਦੁਕਾਨ ਤੇ ਜਾ ਕੇ ਨਾ 21 ਜੁਗਨੂ ਲੈ ਕੇ ਇਕੱਠੇ ਕਰਕੇ। ਠੀਕ ਹੈ, ਉਹਨਾਂ 21 ਜੁਗਨੂਆਂ ਦੀ ਰੋਸ਼ਨੀ ਇਕੱਠੀ ਕਰਕੇ ਨਾ ਮੈਂ ਤੜ ਲਈ ਬੱਲਬ ਬਣਾਵਾਂਗਾ 0 ਵਾਟ ਦਾ। ਠੀਕ ਹੈ, ਯਾਰ ਮੈਂ ਤੈਨੂੰ ਮਸਲਾ ਜਿਹੜਾ ਦੱਸਿਆ ਉਹੀ ਮਸਲਾ ਤੂੰ ਮੈਨੂੰ ਦੱਸਿਆ, ਮੈਂ ਤੈਨੂੰ ਉਹ ਮਸਲੇ ਦਾ ਇਲਾਜ ਦੱਸਿਆ, ਤੇ ਮਸਲੇ ਚੋਂ ਮਸਲਾ ਨਿਕਲ ਕੇ ਇੱਕ ਮਸਲਾ ਤਿਆਰ ਹੁੰਦਾ। ਹੁਣ ਤੂੰ ਮੈਨੂੰ ਦੱਸ ਤੈਨੂੰ ਕੀ ਮਸਲਾ? ਤੈਨੂੰ ਕੋਈ ਹੋਰ ਵਧੀਆ ਜਿਹਾ ਵੈਦ ਜਾਣਦਾ ਕੋਈ? ਚੱਜ ਦਾ ਵੈਦ ਬੇਟਾ ਜੀ, ਜੇ ਤੈਨੂੰ ਜਾਣਦਾ ਹੈ ਮੈਨੂੰ ਦੱਸੀ, ਮੈਂ ਵੀ ਇਲਾਜ ਕਰਾਉਣਾ ਉਹਦੇ ਤੋਂ ਆਪਦਾ। ਚੰਗਾ, ਮੈਂ ਜਾਣਾ ਫਿਰ। ਮੈਨੂੰ ਜਾਣਾ ਪੈਣਾ ਬੇਟੇ, ਆਹ ਪੂੜੀ ਲੈ ਜਾ ਜਿਹੜਾ ਤੈਨੂੰ ਮਸਲਾ ਦੱਸਿਆ, ਆਪਦੇ ਮਸਲੇ ਤੇ ਮਸਲੀ ਜਾ ਕੇ। ਚੱਲ ਠੀਕ ਆ, ਮੈਂ ਕਿਸੇ ਨਾ ਕਿਸੇ ਤੋਂ ਮਸਲਾ ਲਊਂਗਾ। ਤੇ ਚੱਲ ਠੀਕ ਆ। ਚਲੋ ਜੀ, ਅਗਲਾ ਗਾਹਕ ਆਜ, ਸਾਰੇ ਇੱਕ ਇੱਕ ਕਰਕੇ ਤੁਹਾਨੂੰ ਮੈਂ ਦਵਾਈ ਦਿੰਦਾ। ਹਾਂਜੀ ਦੱਸੋ। ਹਾਂਜੀ ਪੰਡਿਤ ਜੀ, ਆ ਕੇ ਮਸ਼ੀਨ ਚ ਚਲਾਈ ਜਾਂਦਾ ਮੈਨੂੰ ਲੱਗ ਗਿਆ ਪਤਾ, ਬਾਰੀ ਬਾਰ ਚ ਕੱਟਣ ਗਿਆ ਸੀ, ਖੜਕ ਲਿਆਂਦੀਆਂ ਫੱਟੀਆਂ, ਪੜਤਾ ਤੈਨੂੰ ਲੱਗੀਆਂ ਟੱਟੀਆਂ। ਓ ਤੇਰਾ ਪਲਾ ਹੋ ਜੇ, ਤੇਰਾ ਪਲਾ ਹੋ ਜੇ। ਮੇਰੀ ਗੱਲ ਸੁਣੋ ਜੀ, ਆ ਜਿਹੜੀ ਪੁੜੀ ਆ ਦਵਾਈ ਹੈਗੀ ਆ, ਲਾ ਲਿਓ ਜੇ ਠੀਕ ਹੋ ਜਾਵੇ ਤੁਸੀਂ, ਦੂਜੀ ਪੁੜੀ ਬਣਾ। ਹਾਂਜੀ, ਕੋਈ ਪਰਹੇਜ ਪਰਹੇਜ ਤਾਂ ਇਹੀ ਆ ਪੰਡਤ ਜੀ, ਜਿੰਨਾ ਚਿਰ ਤੁਸੀਂ ਠੀਕ ਨਹੀਂ ਨਾ ਹੁੰਦੇ, ਕਿਰਪਾ ਕਰਕੇ ਸੰਖ ਨਾ ਵਜਾਓ। ਮਨੁੱਖ ਮਾਉਣ ਨੂੰ ਤਾਂ ਥਾਰ ਰੱਖੀ ਐ, ਬੁਲਟ ਤਾਂ ਰੱਖੀ ਆ ਪਟਾਕੇ ਪਾਉਣ ਨੂੰ, ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਐ, ਬੁਲਟ ਤਾਂ ਰੱਖੀ ਆ ਪਟਾਕੇ ਪਾਉਣ ਨੂੰ, ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇ ਦੇਣਾ ਮੰਨਦੀ ਮੇਰੀ, ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇ ਦੇਣਾ ਮੰਨਦੀ ਮੇਰੀ, ਆ ਕਰ ਓਏ ਓਏ ਕਰ ਆ ਗਿਆ
ਮੇਰੇ ਮਾਲਿਕ ਵਰਦੇ ਤੂੰ ਜੋਲੀ ਖਾਲੀ ਮੇਰੇ ਮਾਲਿਕ ਵਰਦੇ ਤੂੰ ਜੋਲੀ ਖਾਲੀ ਰਾਮ ਰਾਮ ਬਾਬਾ ਜੀ ਰਾਮ ਰਾਮ ਜਾਉਂਦੇ ਵਸਦੇ ਰਹੋ ਬਾਬਾ ਜੀ ਹੱਥ ਵੇਖ ਲੈਂਦੇ ਹੋ ਤੁਸੀਂ ਬਾਬਾ ਫਿਲਮਾਂ ਵੀ ਦੇਖ ਲੈਂਦਾ ਅਲੱਖ ਨੜੰਦਾ ਬਾਬਾ ਪੁੱਛਾ ਕੱਢ ਲੈਂਦੇ ਹੋ ਤੁਸੀਂ ਬਾਬਾ ਪੈਸੇ ਵੀ ਕੱਢ ਲੈਂਦਾ ਅਲੱਖ ਨੜੰਦਾ ਬਾਬਾ ਆਟਾ ਲੈਂਦੇ ਹੋ ਤੁਸੀਂ ਬਾਬਾ ਗਲਾ ਵੀ ਲੈ ਲੈਂਦਾ ਅਲੱਖ ਨੜੰਦਾ ਅੱਛਾ ਬਾਬਾ ਤੁਸੀਂ ਮੇਰੇ ਇੱਕ ਹੱਲ ਕਰੋ ਪੁੱਛੋ ਬੇਟਾ ਬਾਬਾ ਜੀ 3 ਦਿਨ ਹੋ ਗਏ ਮੇਰਾ ਘਰ ਵਾਲਾ ਸਬਜ਼ੀ ਲੈਣ ਗਿਆ ਸੀ ਹਲੇ ਤੱਕ ਨਹੀਂ ਮੁੜਿਆ ਕਾਹਦੀ ਸਬਜ਼ੀ ਲੈਣ ਗਿਆ ਸੀ ਬੱਚਾ ਬਾਬਾ ਜੀ ਗੋਭੀ ਦੀ ਇਹਦੇ ਚ ਕਿਹੜੀ ਗੱਲ ਆ ਪੁੱਤਰ ਤੂੰ ਕੋਈ ਹੋਰ ਸਬਜ਼ੀ ਬਣਾ ਲਾ ਕਿਆ ਬਾਤ ਹੈ ਪਖੰਡੀ ਬਾਬੇ ਹੈ ਚੱਲ ਬਸ ਕਰ ਚੱਲ ਬਾਬਾ ਅਲੱਖ ਨੜੰਜਨ ਵਰਦੇ ਤੂੰ ਜੋਲੀ ਕਮਾਉਣ ਤਾਂ ਥਰ ਕੀਆਂ ਵਰਦੇ ਤੂੰ ਜੋਲੀ ਖਾਲੀ ਉਹਨਾਂ ਕੋਲ ਚੱਲਦੇ ਆ ਜੈ ਹੋਵੇ ਬਾਬਿਆਂ ਦੀ ਜੈ ਹੋਵੇ ਜੈ ਹੋ ਜੈ ਹੋ ਜੈ ਹੋ ਜੈ ਹੋ ਬੱਚਾ ਬਾਬਾ ਜੀ ਆਪਣੀ ਗੁੱਡੀ ਜਵਾਨ ਹੋ ਗਈ ਆ ਇਹ ਤਾਂ ਬਾਬਿਆਂ ਵਾਸਤੇ ਬਹੁਤ ਚੰਗੀ ਗੱਲ ਆ ਲੱਖ ਨੜੰਜਨ ਬਾਬਾ ਜੀ ਕੋਈ ਗੱਲ ਨਹੀਂ ਬੱਚਾ ਦੱਸੋ ਪਰੇਸ਼ਾਨੀ ਕੀ ਹੈ ਬਾਬਾ ਜੀ ਆਪਣੀ ਗੁੱਡੀ ਜਵਾਨ ਹੋ ਗਈ ਆ ਉਹਦੇ ਵਾਸਤੇ ਰਿਸ਼ਤਾ ਦੇਖ ਰਹੇ ਆ ਤੇ ਤੁਸੀਂ ਦੇਖੋ ਤੁਸੀਂ ਤਾਂ ਬੜੇ ਘੁੰਮੇ ਫਿਰੇ ਹੋ ਬਾਬਾ ਜੀ ਅਸੀਂ ਕੋਈ ਗੱਲ ਨਹੀਂ ਬੱਚਾ ਅਸੀਂ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਆ ਸਾਨੂੰ ਸਭ ਪਤਾ ਹੈ ਕਿਹੜੇ ਘਰ ਦੇ ਵਿੱਚ ਕੌਣ ਜਵਾਨ ਹੈ ਕੌਣ ਨਿਆਣਾ ਹੈ ਕੌਣ ਹੋਣ ਵਾਲਾ ਹੈ ਕੌਣ ਜੰਮਣ ਵਾਲਾ ਹੈ ਸਾਰਾ ਕੁਝ ਸਾਨੂੰ ਪਤਾ ਹੈ ਤੇ ਤੁਹਾਨੂੰ ਵਰ ਕਿਹੋ ਜਿਹਾ ਚਾਹੀਦਾ ਮੁੰਡਾ ਸੋਹਣਾ ਤੇ ਸੁਨੱਖਾ ਹੋਵੇ ਜਿੰਨ ਭਾੜੋ ਲੱਥਾ ਹੋਵੇ ਹਾਂ ਬਾਬਾ ਮੁੰਡਾ ਘੱਟ ਤੋਂ ਘੱਟ 20 ਸਾਲ ਦਾ ਹੋਣਾ ਚਾਹੀਦਾ 20 ਸਾਲ ਦਾ ਬਾਬਾ ਹਾਂ ਬੱਚਾ ਕੀ ਹਿਸਾਬ ਜਿਹਾ ਕਰਨ ਲੱਗ ਗਏ ਇਹ ਅਸੀਂ ਹਿਸਾਬ ਲਾਉਂਦੇ ਸੀ ਬੱਚਾ ਜੇ 20 ਸਾਲ ਦਾ ਨਾ ਮਿਲਿਆ ਤੇ 5-5 ਸਾਲ ਦੇ 4 ਚੱਲਣਗੇ ਕੁੜੀਆਂ ਬੁੜੀਆਂ ਬੁੱਢੇ ਬੱਚੇ ਦੇਖ ਦੇਖ ਧੋਤੀ ਨੂੰ ਹੱਸੇ